ਅਸਲਾਮੁਅਲੈਕੁਮ ਕੀ ਹਾਲ ਚਾਲ ਆ ਜੀ ਕਿਦਾਂ ਸਭ ਵਧੀਆ ਹਰ ਤਰ੍ਹਾਂ ਖੈਰ ਆ ਜੀ ਲਓ ਜੀ ਜਿਉਂਦੇ ਬਸਦੇ ਰਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਬਹੁਤ ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ जी हाले तक तो मेरा चैनल सबसक्राइब नहीं किया मेरा चैनल सबसक्राइब करो नाल जोड़ा घंटी का बटन है जरूर दबा दो कॉल मिला जा रहे हैं जी वर्ल्ड फेमस कॉल है जी पूरी दुनिया च राज किया उस कॉल ने बार बारी कॉल है जी मिलाओ जी कॉल जरा हेलो ਸੂਜੀ ਜੀ ਮੇਰੇ ਸੁਪਨਿਆਂ ਦੀ ਰਾਣੀ ਕਾਨ ਸੂਜੀ ਕਿਹਦੇ ਸੁਪਨੇ ਦੀ ਰਾਣੀ ਹੈ ਮੇਰੇ ਸੁਪਨਿਆਂ ਦੀ ਰਾਣੀ ਰਾਣਾ ਇਜਾਜ਼ਪੁਰ ਹੈ ਨਾ ਰਾਣਾ ਇਜਾਜ਼ ਬੋਲ ਰਹੇ ਹਾਂ ਮੈਨੂੰ ਪਤਾ ਲੱਗ ਗਿਆ ਸੀ ਮੈਨੂੰ ਆਵਾਜ਼ ਤੋਂ ਹੀ ਮੇਰੀ ਸ਼ਕਰਕੰਦੀ RAMNAL ਬੈਠੋ ਅੱਛਾ ਸ਼ਕਰਗੰਦੀ ਮੇਟਾ ਮਾੜੀ ਰੇੜੀ ਦਾ ਫਲਫਾ ਤਬਣਾ ਤਾ ਬਣਾਤਾ ਮੇਰੀ ਬਾਕਰਖਾਨੀ ਮਰੋ ਕਿਤੇ ਜਾ ਕੇ ਕਿਤੇ ਕਿਤੇ ਫੁੱਲ ਕਵੀ ਦਾ ਹੁੰਦਾ ਹੈ ਕਿਤੇ ਮੇਰੀ ਸਟਰਾਬਰੀ ਲੈ ਬੋਤੇ ਛੋਟਾ ਕਰਤਾ ਮੈਨੂੰ ਮੇਰੀ ਲੀਚੀ ਚ ਸਾਰੀਆਂ ਪਠਾਨਾਂ ਦੀਆਂ ਆਈਟਮਾਂ ਕਰ ਦਿਓ ਮੈਨੂੰ ਬਣਾ ਦਿਓ ਚ ਉਸਨੂੰ ਕਿਦਾਂ ਯਾਦ ਕੀਤਾ ਅੱਜ ਮੈਨੂੰ ਹਾਂ ਸੂਜੀ ਕਿਦਾਂ ਠੀਕ ਹੈ ਹਾਂ ਬਸ ਚਾਹ ਪੀ ਰਿਹਾ ਸੱਚਾ ਤੇ ਬੈਠ ਕੇ ਤੇ ਉਹ ਆਪਣਾ ਹਮਸਾਇਆ ਹੀ ਨਾ ਸਾਹਮਣੇ ਨਮੀ ਹਾਂ ਉਹਨਾਂ ਦਾ ਇੱਕ ਲੜਕਾ ਹੈ ਔਰ ਉਹਨਸੀ ਹਾਂ ਬਸ ਉਹ ਦਿਨ ਨਾਲ ਥੋੜਾ ਜਿਹਾ ਲਗੀ ਹੋਈ ਸਗਲਬਤ ਅੱਛਾ ਅੱਛਾ ਤੈਨੂੰ ਪਤਾ ਨਾ ਅਕਰਮ ਉਦਾਸ ਸਾਹਿਬ ਨਾਲ ਜਿਹੜੀ ਤੇਰੀ ਕਾਲ ਆਈ ਕਿ ਐਸੀ ਹਿੱਟ ਹੋਈ ਹੈ ਠੀਕ ਹੈ ਲੇਕਿਨ ਉਹ ਮੇਰੇ ਬਹੁਤ ਤਵੱਲਾ ਲਗਾਇਆ ਉਹਨਾਂ ਨੇ ਮੈਂ ਦੱਸਾਂ ਬਹੁਤ ਗਲਤ ਗੱਲਾਂ ਕੀਤੀਆਂ ਉਹਨਾਂ ਨੇ ਖੁਦ ਹੀ ਉਹਨਾਂ ਨੇ ਤੈਸ ਨੈਸ ਮਾਰ ਕੇ ਰਖ ਦਿੱਤਾ ਖੁਦ ਆ ਠੀਕ ਹੈ ਕਾਲ ਤਾਂ ਮੈਂ ਸੁੰਦਰੀਆਂ ਨੇ ਮੇਰੀ ਸਹਲੀਆਂ ਵੀ ਸੁੰਦਰੀਆਂ ਨੇ ਅੱਛਾ ਅੱਛਾ ਹੋਰ ਸਭ ਠੀਕ ਠਾਕ हां बस दुकान आ, ए, मैं बंद कर देनी हूं नहीं, नहीं कोई अपना 4:30 बजे हो ना आ जानी ना कार अच्छा अच्छा ਤੇ ਵਧਾਈਆਂ ਵਧੂਈਆਂ ਵਧਾਈਆਂ ਇਦਾਂ ਹੀ ਠੀਕ ਹੈ ਜਿੱਥੇ ਕਿਤੇ ਆਪਣਾ ਜਿਹੜੇ ਕੋ ਮੇਰੇ ਪੱਕੇ ਕਸਟਮਰਸ ਨੇ ਆਪਣਾ ਫੈਮਿਲੀ ਦੇ ਪੱਕੇ ਘਰ ਲੱਗੇ ਹੋਏ ਨੇ ਉਹਨਾਂ ਦਾ ਜਿੱਦੋਂ ਵੀ ਕੋਈ ਫੰਕਸ਼ਨ ਆਉਂਦਾ ਹੈ ਤੇ ਸੂਜੀ ਉੱਥੇ ਜਾਂਦੀ ਹੈ ਉੱਥੇ ਫਿਰ ਸਾਰਾ ਹੀ ਕੰਮ ਹੁੰਦਾ ਫੰਕਸ਼ਨ ਹੁੰਦਾ ਡਾਂਸ ਹੁੰਦਾ ਤੇ ਫਿਰ ਮੈਂ ਜਾਣੀ ਰਹੀ ਨਹੀਂ ਹੁੰਦੀ ਸੂਜੀ ਜੀ ਮੈਂ ਤੇਰੇ ਸਦਕੇ ਜਾਵਾਂ ਮੇਰੀ ਸਦਕੀ ਨਾ ਜਾਓ ਮੇਰੀ ਕਾਫੀ ਜਾਣ ਗਏ ਨੇ ਕਿਸੇ ਨੂੰ ਵੀ ਕੋਈ ਕੁਝ ਵੀ ਨਹੀਂ ਲੱਭਾ ਉੱਥੇ ਪੈਦਲ ਹੀ ਆਏ ਨੇ ਤੁਸੀਂ ਅੱਜ ਤੋਂ ਕੋਈ 3-4 ਮਹੀਨੇ ਪਹਿਲੇ ਜੀ ਮੈਂ ਇੱਕ ਬਾਜ਼ਾਰ ਚੋਂ ਲੰਘ ਰਿਹਾ ਹਾਂ ਤੇ ਉੱਥੇ ਇੱਕ ਬਾਂਦਰੀ ਦਾ ਤਮਾਸ਼ਾ ਹੋ ਰਿਹਾ ਹਾਂ ਬਾਂਦਰੀ ਤਮਾਸ਼ਾ ਮੈਨੂੰ ਦੇਖ ਕਮੇ ਜਦ ਛੁੱਟੀ ਜੀ ਹੁੰਨੀ ਸੀ ਨਾ ਸਾਡੀ ਗਲੀ ਦੇ ਵਿੱਚ ਵੀ ਆਂਦਾ ਹੁੰਦਾ ਸੀ ਬਾਂਦਰ ਬਾਂਦਰੀ ਲੈ ਕੇ ਇੱਕ ਬੰਦਾ ਨਾਲ ਉਹਦੇ ਉਹਦੇ ਕੋ ਕੁੱਤਾ ਵੀ ਹੁੰਦਾ ਸੀ ਅੱਛਾ ਅੱਛਾ ਤੇ ਤੁਸੀਂ ਵੀ ਦੇਖਿਆ ਹਾਂਜੀ 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 ਆਈ ਲਾ ਕਿੱਡਾ ਵਸਾਇਆ ਹੋਣਾ ਉੱਥੇ ਇੱਕ ਸਿਗਾ ਬਾਂਦਰ ਇੱਕ ਹੀ ਬਾਂਦਰ ਹੁੰਦਾ ਨਾ ਗਲੀ ਗਲੀ ਦੇ ਵਿੱਚ ਨਹੀਂ ਬਾਂਦਰੀ ਡਾਂਸ ਕਰ ਰਹੀ ਸੀ ਨਾਲ ਬਾਂਦਰ ਵੀ ਸੀਗਾ ਅੱਛਾ ਦੋ ਮਤਲਬ ਮੇਲ ਔਰ ਫੀਮੇਲ ਦੋਨੋਂ ਹੀ ਸੀ ਹਾਂਜੀ ਬਾਂਦਰ ਨੇ ਮੈਨੂੰ ਦੇਖਿਆ ਯੈਸ ਮੈਨੂੰ ਕਹਿੰਦਾ ਅੱਬੂ ਜੀ ਬੰਦ ਨਹੀਂ ਕੀਆ ਤੁਨੂੰ ਅੱਬੂ ਜੀ ਮੈਂ ਕਿਹਾ ਹਾਂਜੀ ਬੇਟਾ ਜੀ ਨਹੀਂ ਨਹੀਂ ਬੰਦ ਨਹੀਂ ਕੀਆ ਅੱਬੂ ਜੀ ਹਾਂਜੀ 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 ਕਹਿੰਦਾ ਅੱਬੂ ਜੀ ਮੈਂ ਕਿਹਾ ਹਾਂਜੀ ਬੇਟਾ ਜੀ ਤੂੰ ਕੋ ਕੀਆ ਹਾਂ ਹਾਂਜੀ ਬੇਟਾ ਜੀ ਕਹਿੰਦੇ ਜੀ ਇਹ ਜਿਹੜਾ ਮਦਾਰੀ ਹੈ ਨਾ ਇਹ ਬੰਦਾ ਨਹੀਂ ਠੀਕ ਹੈਗਾ ਬੰਦ ਨਹੀਂ ਕੀਆ ਹਾਂਜੀ ਪੰਜਾਬੀ ਚ ਹਾਂਜੀ ਹਾਂਜੀ ਤੁਸੀਂ ਫੌਰਨ ਸਮਝ ਲਿਆ ਕਿ ਬੰਦ ਨਹੀਂ ਕਿਹਾ ਕਿ ਇਹ ਬੰਦਾ ਮਦਾਰੀ ਠੀਕ ਨਹੀਂ ਹੈਗਾ ਹਾਂਜੀ ਵਾਚਾ ਫਿਰ ਮੈਂ ਕਹਾਂ ਜੀ ਬੇਟਾ ਜੀ ਬੇਟਾ ਜੀ ਬਸ ਠੀਕ ਹੈ ਮਜ਼ਾਕ ਇੱਕ ਵਾਰ ਹੀ ਹੋ ਗਿਆ ਨਾ ਵਾਰ-ਵਾਰ ਤੇ ਨਾ ਨਾ ਕਈ ਜਾਗ ਵੀ ਆਪਣਾ ਮੈਂ ਉਹਨੂੰ ਪੀਤਾ ਮੈਨੂੰ ਬਾਂਦਰ ਕਹਿੰਦਾ ਹਾਂਜੀ ਅਬੂ ਜੀ ਹਾ ਹਾਈ ਪੱਕੇ ਹੋ ਕੇ ਕਹਿਣਾ ਸ਼ੁਰੂ ਕਰਤਾ ਉਹਨੇ ਅੱਬਾ ਜੀ ਕਹਿੰਦਾ ਜੇ ਤੂੰ ਸਾਡੀ ਇਹਨਾਂ ਤੋਂ ਜਾਨ ਛਡਾਵੇਂ ਮਦਾਰੀਆਂ ਤੋਂ ਤਾਂ ਤਾ ਮੰਨੀਏ ਮਦਾਰੀਆਂ ਤੇਰਾ ਕਮਾਲ ਹੈ ਮੈਂ ਮਦਾਰੀ ਨੂੰ ਕਹਾਂ ਮਦਾਰੀਆਂ ਆਹ ਮਦਾਰੀਆਂ ਦੱਸ ਇਸ ਬਾਂਦਰ ਤੇ ਬਾਂਦਰੀ ਦਾ ਕੀ ਲੈਣਾ ਈ ਯਾਨੀ ਕਿ ਤੁਸੀਂ ਕਿਹਾ ਕਿ ਮੈਂ ਮੁੱਲ ਲੈ ਲਵਾਂ ਦੂੰ ਹਾਂਜੀ ਮੈਨੂੰ ਕਹਿੰਦਾ ਜੀ ਰੁਪਿਆ ਲੈਣਾ 12000 6000 ਰੁਪਏ ਦੀ ਬਾਂਦਰੀ ਔਰ 6000 ਰੁਪਏ ਦਾ ਬਾਂਦਰ ਹਾਂਜੀ ਮੈਂ ਕਿਹਾ ਬੇਟਾ ਜੀ ਫਿਰ ਬੇਟਾ ਜੀ ਕਿਹਾ ਬਾਂਦਰ ਕਹਿੰਦਾ ਹਾਂਜੀ ਅੱਬੂ ਜੀ ਮੈਂ ਕਿਹਾ ਜੀ ਪੈਸੇ ਠੀਕ ਨੇ ਕਹਿੰਦੇ ਬਿਲਕੁਲ ਠੀਕ ਨੇ ਅੱਬੂ ਜੀ ਬਾ 12000 ਰੁਪਏ ਉਹਨੂੰ ਦਿੱਤਾ ਹੈ ਅੱਛਾ ਤੇ ਬਾਂਦਰ ਤੇ ਬਾਂਦਰੀ ਲੈ ਆਉਂਦੀ ਘਰ ਦੁਨੀ ਕਾ ਲੈਣ ਦੀ ਕਰ ਲੈਣ ਦੇ ਉਹਨਾਂ ਨੂੰ ਇੱਕ ਛੋਟਾ ਜਿਹਾ ਕੋਠਾ ਪਾ ਕੇ ਦਿੱਤਾ ਠੀਕ ਏ ਸਵੇਰੇ ਬਾਂਦਰ ਮੈਨੂੰ ਉੱਠ ਕੇ ਕਹਿੰਦਾ ਅਸਲਾਮੁਅਲੈਕੁਮ ਅਬੂ ਜੀ ਮੈਂ ਕਹਿੰਦਾ ਵਅਲੈਕੁਮ ਅਸਲਾਮ ਬੇਟਾ ਜੀ ਐ ਕੀ ਸ਼ੁਰੂ ਕਰ ਦਿੱਤਾ ਤੁਸੀਂ ਆਪਸ ਦੇ ਵਿੱਚ ਅੱਛਾ ਫੇਰ ਅੱਗੇ ਗੱਲ ਸੁਣਾਣਾ ਵਿੱਚ ਆਇਆ ਕੀ ਹੋ ਜਿੰਦਾ ਪਰਸੋਂ ਮੈਨੂੰ ਬਾਂਦਰ ਕਹਿੰਦਾ ਰਾਤ ਦੇ ਵਜੇ ਨੇ ਕੋ ਤਿੰਨ ਕ ਕੁੰਡਾ ਖੜਕਾਇਆ ਮੈਂ ਕਹਿੰਦਾ ਕੌਣ ਹੈ ਕਹਿੰਦਾ ਕੁੰਡਾ ਖੋਲੋ ਜਰਾ ابو ਜੀ ਤੂੰ ਅਗੋ ਕੀ ਕਹੇ ਹਾਂ ਬੀਤਾ ਜੀ ਅੱਗੇ ਗੱਲ ਸੁਣਾਣਾ ਆਇਆ ਕੌਣ ਬਾਂਦਰ ਅੰਦਰ ਅੱਛਾ ਠੀਕ ਮੈਨੂੰ ਕਹਿੰਦਾ ਜੀ ਬੁੱਢੀ ਮੇਰੀ ਨੂੰ ਜਰਾ ਹਸਪਤਾਲ ਲੈ ਜਾਣਾ ਆਪਾਂ ਕੌਣ ਕਹਿੰਦਾ ਬਾਂਦਰ ਲ ਜਾ ਸਕਦਾ ਹੈ ਆਪਣੀ ਅਗਰ ਫਿਰ ਬੁੱਢੀ ਕਿਥੋਂ ਆ ਗਈ ਹੁੰਦੀ ਬਾਂਦਰ ਦੀ ਵੈਸੇ ਕਿ ਬਾਂਦਰੀ ਬਿਮਾਰ ਆ ਬਬੂ ਨਾਲੇ ਉੱਤੇ ਨਾ ਪੰਜਾਬੀ ਚ ਗੱਲਾਂ ਕਿਉਂ ਕਰਦਾ ਸੀ ਬਾਂਦਰ ਸੀ ਇਹ ਕਿਸ ਨੇ ਬਾਂਦਰ ਬਣਾਇਆ ਸੀ ਲੈ ਕੇ ਹਸਪਤਾਲ ਗਏ ਕਿਨੂੰ ਬਾਂਦਰੀ ਨੂੰ ਉੱਥੇ ਦਵਾਧਾ ਪਹੁੰਚੇ ਆ ਮੈਂ ਭੱਜ ਕੇ ਸਟ੍ਰੀਚਰ ਲੈ ਕੇ ਆਇਆ ਸਟ੍ਰੀਚਰ ਪਾਇਆ ਉੱਤੇ ਅੰਦਰ ਲੈ ਗਏ ਡਾਕਟਰ ਨੇ ਦੇਖਿਆ ਚੈੱਕ ਅਪ ਕੀਤਾ ਉਹਨੇ ਕਿਹਾ ਜੀ ਐਮਰਜੈਂਸੀ ਹੈ ਤੇ ਦਰ ਆਪਰੇਸ਼ਨ ਥੀਏਟਰ ਦੇ ਅੰਦਰ ਬਾਹਰ ਅਸੀਂ ਗੇੜੇ ਕੱਢ ਰਹੇ ਆ ਅਛਾ ਠੀਕ ਇੱਕਦਮ ਨਰਸ ਬਾਰਾ ਇਹ ਕਹਿੰਦੀ ਸੀ ਬਹੁਤ ਬਹੁਤ ਮੁਬਾਰਕ ਹੋਵੇ ਅੱਲਾਹ ਨੇ ਬਾਂਦਰ ਦਿੱਤਾ ਜੀ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਬਾਂਦਰੀ ਨੇ ਬੱਚਾ ਦਿੱਤਾ ਜੀ ਜੀ ਤੇ ਹੁਣ ਇਹ ਆ ਕਿ ਸਵੇਰੇ ਤੂੰ ਆਉਣਾ ਆਪਣੀ ਪੂਰੀ ਟੀਮ ਦੇ ਨਾਲ ਟੀਮ ਨਾਲ ਕੀ ਮਤਲਬ ਮੈਂ ক্রিকেট ਖੇਡਦੀ ਹਾਂ ਜਾਂ ਬੇ ਮੈਂ ਨਹੀਂ ਨਹੀਂ ਮਤਲਬ ਕਿ ਤੇਰੇ ਨਾਲ ਤੇਰਾ ਢੋਲਾ ਕਾਲਾ ਹਾਂ ਹਰਮੋਨੀਆ ਵਾਲਾ ਚੁੰਮਟੇ ਵਾਲਾ ਹਾਂ ਠੀਕ ਅਨਵਰ ਹਾਂ ਮੈਂ ਲੋਰੀ ਦੇਵਾਂ ਲਾਲ ਨੂੰ 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 ਉਹ ਮੈਂ ਲੋਰੀ ਦੇਵਾਂ ਲਾਲ ਨੂੰ ਮੈਂ ਲੋਰੀ ਦੇਵਾਂ ਮੈਂ ਪੰਜ ਤੇ ਲੀਆਂ ਆਪਣੀ ਲਾਲ ਨੂੰ ਪਹਿਲੇ ਮੈਂ ਦੱਸਣਾ ਕਿ ਮੈਨੂੰ ਕਿਹਦੇ ਲਈ ਕਾਲ ਕੀਤੀ ਮੈਂ ਕੀ ਕਰ ਮੈਂ ਕੱਦ ਲਈ ਟੀਮ ਕਿੱਥੇ ਕਰਨੀ ਤੇ ਸਾਡੇ ਰੱਬ ਨੇ ਖੁਸ਼ੀ ਦਿਖਾਈ ਹੈ ਤੇ ਮੈਂ ਕੀ ਕਰਾਂ ਤੂੰ ਆ ਕੇ ਵਧਾਈ ਮੰਗਣੀ ਡਾਂਸ ਕਰਨਾ ਤੇ ਵਧਾਈ ਵਧਾਈ ਵੇ ਬੱਚੇ ਨੂੰ ਝੋਲੀ ਚ ਚੁੱਕ ਕੇ ਬਾਂਦਰੀ ਦੇ ਲਖ ਲਣ ਤੇਰੇ ਸਿਰ ਦੇ ਵਿੱਚ ਜੁੱਤੀਆਂ ਮਾਰਸੋ ਮੈਂ ਬਾਂਦਰੀ ਦਾ ਬੱਚੇ ਚੁੱਕ ਕੇ ਲੋਰੀ ਦੇਣੀ ਆ ਹਾਂਜੀ ਹਾਂਜੀ ਤੇਰਾ ਪੀੜਾ ਕਰ ਕੁਝ ਵੇ ਤੇਰਾ ਜਿਨ੍ਹਾਂ ਹੱਥਾਂ ਦੇ ਉੱਤੇ ਮੈਂ ਪੂਰਾ ਮਹੀਨਾ ਕਰੀ ਮਾਂ ਮਲਮਲ ਚਿੱਟੇ ਕਰਦੇ ਨੇ ਉੱਤੇ ਹੁਣ ਮੈਂ ਬਾਂਦਰੀ ਚੁੱਕਾਂਗੀ ਬਿਮਾਰੀ ਪੈਣਾ ਤੁਬਾਈ ਲੈਣਾ ਤੇ ਇਹ ਆ ਕਿ ਬਸ RAMNAP ਝੋਲੀ ਚੁੱਕ ਕੇ ਚੁੰਮੀਆਂ ਸ਼ਮੀਆਂ ਲਈਆਂ ਨਿਆਣੇ ਦੀਆਂ ਨਿਆਣੇ ਦੀਆਂ ਮੁੰਡੇ ਦੀਆਂ ਮੁੰਡੇ ਦੀਆਂ ਬਾਂਦਰੀ ਦੇ ਬੱਚੇ ਦੀਆਂ ਮੈਂ ਚੁੰਮੀਆਂ ਲੈਣੀਆਂ ਮੁੰਡੇ ਦੀਆਂ ਮੁੰਡੇ ਦੀਆਂ ਤੇ ਬਾਂਦਰਾ ਮੈਂ ਮੈਂ ਕਿਲਵਾ ਚੁੰਮੀਆਂ ਲੈ ਤੇਰੇ ਤੇਰੇ ਕੋ ਲੱਗਦੇ ਉਹਦੀਆਂ ਚੁੰਮੀਆਂ ਲੈ ਤੇਰੀਆਂ ਖਾਲਾ ਤੇਰੀ ਕਜ਼ਨਾ ਤੇਰੀ ਚਾਚੂ ਤੇਰੇ ਅੰਕਲ ਤੇਰੇ ਹਸਬੈਂਡ ਤੇਰੀ ਸਾਰੇ ਕੁਛ ਉਹਦੀਆਂ ਚੁੰਮੀਆਂ ਲੈ ਸੂਜੀ ਕੇ ਲਵੇ ਉਹਦੀਆਂ ਚੁੰਮੀਆਂ ਬਾਂਦਰੀ ਦੀਆਂ ਏ ਆ ਕਿ ਕੁੜੀ ਦੇ ਪਿੱਛੋਂ ਕਿਉ ਖਿਚੜੀ ਦੇਡ ਵੀ ਆਉਣਾ ਹੈ ਉਹਦੇ ਮਾਪਿਆਂ ਨੇ ਯਾਨੀ ਕਿ ਉਹਦਾ ਚਿਲਾ ਵੀ ਪੈਣਾ ਹੈ ਹਾਂਜੀ ਹਾਂਜੀ ਛਲੇ ਤੇ ਕਿਉ ਖਿਚੜੀ ਦੇਈਦੀ ਹੁੰਦੀ ਨਾ ਤੇ ਉਹ ਦੇਣ ਵੀ ਬਾਂਦਰੀ ਦੇ ਮਾਪਿਆਂ ਨੇ ਆਉਣਾ ਵੇ 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 ਹਾਥੀਆ ਵੇ ਸੰਡਿਆ ਗੈਂਡਿਆ ਮੇਰੀ ਗੱਲ ਸੁਣ ਲੈ ਬਾਂਦਰੀ ਦਾ ਬੱਚਾ ਹੈ ਕਿਉ ਸ਼ੱਕਰ ਨਹੀਂ ਉਹਨੂੰ ਚਾਹੀਦੀ ਉਹਨੂੰ ਉਹਨੂੰ ਕਿਤੇ ਇਹ ਤੇ ਚੋਲੇ ਲਿਆ ਕੇ ਤੇ ਚਨੇ ਲਿਆ ਕੇ ਦੇ ਖੋਤੇ ਜਿਹੜੇ ਖਾਂਦੇ ਉਹਦੇ ਉਹਨ ਮਲੋਕ ਦੇ ਉਹਦੇ ਪਿਓ ਦੇ ਹੱਥ ਦੇ ਨਾ ਬਾਂਦਰ ਦੀ ਮਾਚਿਸ ਦੇ ਕਿਤੇ ਅੱਗ ਲਾਵੇ ਤੈਨੂੰ ਉਹਦੇ ਹੱਥ 'ਚ ਮਾਚਿਸਾਂ ਵੀ ਤੇਰੀ ਟੱਬਰ ਨੂੰ ਅੱਗ ਲਾਵੇ ਜਿੱਥੇ ਮੈਨੂੰ ਸਦਨ ਨੇ ਆਉਂਦੀ ਬਾਂਦਰੀ ਚੁੱਕ ਕੇ ਨਿਆਣਾ ਤੇ ਮੈਂ ਚੁੰਮੀਆਂ ਲੈਣੀਆਂ ਲੋਰੀ ਦੇਵਾਂ ਲਾਲ ਨੂੰ ਬਾਂਦਰ ਮੈਨੂੰ ਕਹਿੰਦਾ ਅਬੂ ਜੀ ਤੂੰ ਕਿਹਾਂ ਜੀ ਪੀਟਾ ਜੀ ਪੀਟਾ ਜੀ ਤੇਰਾ ਕਿਤੇ ਤੇਰਾ ਰਹਿੰਦਾ ਨਹੀਂ ਪੀਟਾ ਜੀ ਚੌੜੀਆਂ ਨਾ ਕਹਿੰਦਾ ਜੀ ਮੈਂ ਕਹਿੰਦਾ ਜੀ ਮੈਂ ਖੁਸਰੇ ਦੇ ਨਾ ਮੋੜਿਆਂ ਤੇ ਬਹਿ ਕੇ ਖੁਸ਼ੀਆਂ ਮਨਾਉਣੀਆਂ ਖੁਸਰਾ ਕਿਨੂੰ ਕਿਆਉਣੀ ਬਸ ਮੈਂ ਕਹਿੰਦਾ ਨਾ ਸੂਜੀ ਹੈ ਖੁਸਰਾ ਨਹੀਂ ਹੋਗਾ ਉਹਨਾਂ ਦੇ ਖਬਰਦਾਰ ਤੇਰੇ ਬਾਂਦਰੀ ਲਿਪਾਂ ਦੇ ਉੱਪਰ ਮੇ ਸੂਜੀ ਦਾ ਨਾਮ ਆਇਆ ਤੇ ਸਮਝ ਆਈਆ ਦਫਾ ਹੋਣਾ ਕਾਦੇ ਉੱਤੇ ਬਾਂਦਰੀ ਲਿਪਾਂ ਦੇ ਉੱਤੇ ਇਹ ਆ ਕਿ ਸਵੇਰੇ 9 ਵਜੇ ਦਾ ਇਤਮਾਮ ਇਤਮਾਮ ਤੇ ਤੂੰ ਇੰਜ ਕਹਿੰਦੇ ਵੀ ਜਿੱਜ ਵੀ ਤੇਰਾ ਸੱਕਾ ਖਾਲੂ ਆ ਰਿਹਾ ਉਹਦੇ ਛੋਟੇ ਮੁੰਡੇ ਦੇ ਕੀਕੇ ਆ ਇੱਕ ਬਾਂਦਰੀ ਨੂੰ ਲੋਰੀ ਦੇਣੀ ਉਹਦੇ ਬਾਂਦਰ ਨੂੰ ਕਹੇ ਵੀ ਲੋਰੀ ਦੇ ਵੀ ਆਪਣੀ ਬਾਂਦਰੀ ਨੂੰ ਕਦੀ ਉਹ ਤੈਨੂੰ ਅੱਬੂ ਜੀ ਕਹਿੰਦਾ ਕਦੀ ਤੂੰ ਉਹਦਾ ਬੂ ਨੂੰ ਹਾਂਜੀ ਪੇਟਾ ਜੀ ਹਾਂਜੀ ਪੇਟਾ ਜੀ ਬਿੱਟਾ ਦੇਖ ਲਓ ਫਿੱਟਿਆ ਪਿਆ ਘੈਂਡਾ ਸੰਡਾ ਉੰਤਰਾ ਤੇ ਆ ਕਿ ਮੈਂ ਵੇਲਾ ਕਰਾਉਂਗਾ ਕਿਹਦੇ ਤੋਂ ਬਾਂਦਰੀ ਤੋਂ ਬਾਂਦਰੀ ਤੋਂ ਵੇਲਾ ਨਾ ਕਰਾ ਬਾਂਦਰੀ ਦੇ ਸਿਰ ਦੇ ਉੱਤੇ ਨਾ ਕੋਈ ਡੱਬਾ ਰੱਖ ਮਨੂ ਕੇ ਅੱਗੇ ਲਾ ਕੇ ਨਿਕ ਮੱਲੇ ਮੱਲੇ ਫਿਰ ਤੱਕ ਉਹਦੇ ਚ ਲੋਕੀ ਪੈਸੇ ਸਿੱਟੇ ਤੈਨੂੰ ਆਟਾ ਦੇਣ ਤੇ ਤੈਨੂੰ ਕਹਿੰਨ ਸੰਡਿਆ ਐਡਾ ਸੰਡਾ ਹੋ ਗਿਆ ਕੰਮ ਕਰ ਬਾਂਦਰੀ ਨੂੰ ਅੱਗੇ ਲਾ ਕੇ ਕਿਉਂ ਫੇਰਦਾ ਮੱਲੇ ਦੇ ਵਿੱਚ ਹਾਂ ਤੇ ਕੁੰਗਰੂ ਅੱਛੇ ਪਾ ਲੈਣੇ ਕੁੰਗਰੂ ਮੈਂ ਕਿਉਂ ਬੰਨਾ ਅੰਜਮਣ ਆ ਰਹੀ ਏ ਕੁੰਗਰੂ ਨਾ ਕਿਉਂ ਬੰਨੇ ਹਾਂ ਹਾਂ ਕੁੰਗਰੂ ਬੰਨੇ ਐ ਈਟੀ ਮਦੀ ਹਾ ਸ਼ਾਨੀ ਰੀਮਾ ਸੱਦ ਲਈ ਜਲਦੀ ਵਾ ਬੰਦ ਕਰ ਕਾਲ ਉਸ 15 ਦੇ ਜੰਮ ਸਵੇਰੇ ਟਾਈਮ ਨਾਲ ਹੈ ਜੀ ਸਵੇਰੇ ਟਾਈਮ ਤੇ ਨਾਲ ਮੈਂ ਪੁਲਸ ਲੈ ਕੇ ਤੇਰੇ ਬੂਏ ਦੇ ਅੱਗੇ ਆਵਾਂਗੀ ਦੇਖੀ ਨਾਲੇ ਪੁਲਸ ਵੀ ਦੇਖੇਗੀ ਨਾ ਕਿ ਸੁ ਜੀ ਨਾ ਬਦਮੀ ਸੀ ਐ ਬਾਂਦਰਮੀ ਸੀ ਕਰਨ ਦਾ ਨਤੀਜਾ ਕੀ ਆ ਕੀ ਬਾਂਦਰਮੀ ਸੀ